गईये गुरबत छा परदेस दे विच वो मेरा रह गया दूर वतन सैयदा दा माशाबान तू पंज दी पहले पंजी रजब और रखी याद रजब दा चने बस पुल बगदाद ते घिन आमी ओ एक मैयत कान कफन बिस्मिल्ला करा कुछ बंदे रो पे हो मैं फिर अर्ज करे ना गया वक्त फजर दे मिल होका बगदाद दे शहर विचाले कोई कैदी मर गया ओए होए सारे सुन रहे हो कोई कैदी मर गया विच कैद खाने दे जैंदी कैदाई चौदा आवाज आया कोई रिश्ता दार या वाकिफ आके ओए होए ओ ओंदी मैयत आन संभाले आए हाय नहीं तां बाज कफन मजदूरां दे कर दे सो मैयत बिस्मिल्ला करा बाबुल हवाए दी मजले से आजाद दा दरवाजा मेरे कैदी इमाम दी मजले से रजा दे पाक बाबे दी मजले से मैं सो सगर ना फरमाओ ते मैं जो तारफ करावा चौदह सालां दे कैदी दी मजले से लेकिन बानी मजले से हुक्म दी तामील कर दिया होया मैं एक होर वैन भी करना है सारे शामिल होवो ते तीसरा वैन सुनाओ हाथ रख के मादिया कदमां ते रो कीती अराद शहज़ादे ओ मेरी मां उजड़ी चा दस मैं को मेरा बाबा कित्थिया ए सुनिया सारिया मैं बिस्मिल्ला ओ मेरा बाबा कित्थिया बाद जागना मेरे पास देखना है आवाज आया तू बचना है एक कैदी दा बस दे रहा ना मातम दी तैयारी का हाय हाय ओ मैं को वास दे मैं प्यो अपने को मिलान वैसा ओ इथों कितना पंध बगदा उन सोनी मजले से उन सारे तवजो फरमाई बैठे रोज सुनन वाले नु पता है मैं कदी देर नहीं कीती जड़े वेले कासिम आखे अम्मा मैं कैदी दा पुत्रा अम्मा हाथ दा इशारा करके आ दिए कैदी नाक तेरा प्यो तबलीग दे सिलसिले विच सुनिया सारे तबलीग दे सिलसिले अज कल बचड़ा बगदाद मालूम नहीं हो वापस आसी हूं
ਹੁਣ ਕਿਤਨੀ ਮੁੱਦਤ ਦੇ ਬਾ ਮੇਰੀ ਸੈਨਾ ਦੀ ਏ ਤੇਰੇ ਪਿਓ ਮਜ਼ਲੂਮ ਕੂਆਂ ਦੀ ਹੋ ਸੀ ਉਹ ਜੱਡਾ ਲੁਗੜੇ ਘਰਾਂ ਦੀ ਯਾਦੇ ਇਹ ਤਾਂ ਆਦਾ ਹੋ ਸੀ ਮੈਂ ਕੂ ਮੰਨਣ ਦਿਆ ਮੇਰੀ ਬਹੁ ਛੋਟੀਆ ਵਸਦੇ ਰਹੋ ਨਾ ਵਸਦਾ ਨੌਕਰਾ ਮੈਂ ਗਰੀਬ ਦੀਆਂ ਵਤਨ ਤੇ ਧੀਆਂ ਰੁੱਲ ਗਈਆਂ ਹਾਏ ਹਾਏ ਮੇਰੀ ਸੈਨਾ ਦੀ ਏ ਤੇਰੇ ਪਿਓ ਮਜ਼ਲੂਮ ਕੂਆਂ ਦੀ ਹੋ ਸੀ ਉਹ ਜੱਡਾ ਲੁਗੜੇ ਘਰਾਂ ਦੀ ਯਾਦੇ ਇਹ ਤਾਂ ਆਦਾ ਹੋ ਸੀ ਹਾਏ ਹਾਏ ਮੈਂ ਕੁਵਾਂ ਦਿਓ ਵਾ ਮੇਰੀ ਬਹੁ ਛੋਟੀ ਔਲਾ ਜੀ ਨੌਕਰ ਜੋ ਹੋਇਆ ਮੈਂ ਗੁਲਾਮ ਜੋ ਇਹ ਤਾਂ ਆਦਾ ਹੋ ਸੀ ਮੈਂ ਕੁਵਾਂ ਦਿਓ ਵਾ ਮੇਰੀ ਬਹੁ ਛੋਟੀ ਅੱਲਾ ਵਸਦੇ ਰਹੋ ਏਡਾ ਸੋਹਣਾ ਰੋਮਣ ਲਿਓ ਕਿਸੇ ਗਮ ਵਿੱਚ ਨਾ ਰੋ ਰੋਵਣ ਵਾਲਿਆਂ ਦੇ ਘਰ ਆਬਾਦ ਹੋਵੇ ਰੋਵਣ ਵਾਲਿਆਂ ਦੀ ਨਸਲ ਆਬਾਦ ਹੋਵੇ ਰੋਵਣ ਵਾਲਿਆਂ ਦੇ ਵਿਹੜੇ ਵਸੇਨ ਰੋਵਣ ਵਾਲੇ ਇਸ ਪਾਕ ਗਮ ਦੇ ਸਿਵਾ ਦੁਨੀਆਂ ਦੇ ਕਿਸੇ ਗਮ ਵਿੱਚ ਨਾ ਰੋਵਣ ਵਾਲਿਆਂ ਦਾ ਰੱਤ ਰੋਵਣ ਵਾਲਾ ਵਾਰਿਸ ਜਲਦੀ ਆਵੇ ਪੁੱਛੇ ਆ ਕੇ ਕਮੀਨੀ ਉਮਤ ਕੋਲੋਂ ਕਿਹੜੇ ਜੁਰਮ ਵਿੱਚ ਦਰ ਬਦਰ ਫਿਰ ਆਈਏ ਬਹੁਤ ਬੜਾ ਪੁਰਸਾ ਹੈ ਔਰ ਅੱਜ ਇਸ ਪਾਕ ਵਿਹੜੇ ਵਿੱਚ ਬਾਬਾ ਜੀ ਬਹੁਤ ਬੜੀ ਮਕਾਨ ਹੈ ਸੱਤਵੇਂ ਇਮਾਮ ਪਾਕ ਦਾ ਜਨਾਜ਼ਾ ਆਉਣਾ ਹੈ ਖੁਸ਼ ਨਸੀਬ ਹੈ ਨੂੰ ਲੋਕ ਜਿਹੜੇ ਜਨਾਜ਼ੇ ਨੂੰ ਕੰਧਾ ਦੇਵਣ ਵਾਸਤੇ ਤਸ਼ਰੀਫ ਲੈ ਆਏ ਹਨ ਕਾਬਲ ਇਤਰਾਮ ਬਾਨੀ ਮਜਲਿਸ ਨੂੰ ਇੱਜ਼ਤ ਹੋਵੇ ਆਬਰੂ ਹੋਵੇ ਜ਼ਿਕਰ ਪਾਕ ਦਾ ਸਦਕਾ ਮਾਲਿਕ ਦੁੱਖਾਂ ਤਕਲੀਫਾਂ ਮੁਸੀਬਤਾਂ ਫਾਤਾਂ ਔਰ ਹਰ ਕਿਸਮ ਦੀਆਂ ਪਰੇਸ਼ਾਨੀਆਂ ਤੋਂ ਮਹਿਫੂਜ਼ ਕਰੋ ਜਾਂ ਜਿਹੜੀ ਕੋਈ ਦੁਆ ਤੁਸੀਂ ਦਿਲ 'ਚ ਲਈ ਬੈਠੇ ਹੋ ਮੇਰੇ ਇਸ ਕੈਦੀ ਇਮਾਮ ਦੀ ਕੈਦ ਦੇ ਸਖ਼ਤ ਦਾ ਵਾਸਤਾ ਮਾਲਿਕ ਬਾਬੁਲ ਹਵਾਇਜ ਦੀ ਪਾਕ ਬਾਰਗਾਹ ਵਿੱਚ ਅਰਜ਼ ਪਿਆ ਕਰੇ ਨਾ ਮੇਰੇ ਮਾਲਿਕ ਤੁਹਾਡੀਆਂ ਸਾਰੀਆਂ ਦੁਆਵਾਂ ਨੂੰ ਜਲਦ ਮੁਸਤਜਾਬ ਸਾਰੇ ਸ਼ਾਮਿਲ ਹੋਵੋ ਲੰਬੀ ਮਜਲਿਸ ਮੈਂ ਪੜ੍ਹਨਾ ਚਾਹੁੰਦਾ ਆਪਣੀ ਮਰਜ਼ੀ ਨਾਲ ਨਹੀਂ ਚੌਧਰੀ ਸ਼ਬੀਰ ਸਾਹਿਬ ਦੇ ਹੁਕਮ ਦੇ ਤਹਿਤ ਜਿਵੇਂ ਉਹਨਾਂ ਫਰਮਾਇਆ ਮੈਂ ਜ਼ਿਆਦਾ ਤੋਂ ਜ਼ਿਆਦਾ ਜਨਾਬ ਦੀ ਖਿਦਮਤ ਕਰਨਾ ਚਾਹੁੰਦਾ ਗੱਲ ਇਤਨੀ ਯਾਦ ਰੱਖਣੀ ਹੈ ਜਨਾਜ਼ਾ ਆਉਣਾ ਹੈ ਉਹਨਾਂ ਦਾ ਜਨਾਜ਼ਾ ਆਉਣਾ ਹੈ ਜਿਹਦੇ 19 ਪੁੱਤਰ ਆਏ ਅਤੇ ਜਨਾਜ਼ਾ ਮਜ਼ਦੂਰਾਂ ਚ ਆਇਆ ਔਰ ਅਗਰ ਸਾਰੇ ਸ਼ਾਮਿਲ ਹੋਵੋ ਤਾਂ ਇਸ ਨਾਲ ਵੱਡੀ ਗੁਰਬਤ ਮੈਂ ਕਿਹੜੀ ਬਿਆਨ ਕਰਾਂ ਇਹ ਸੱਤਵੇਂ ਇਮਾਮ ਪਾਕ ਦੀ ਮੈਂ ਕਿਹੜੀ ਗੁਰਬਤ ਦੀ ਕਿਹੜੀ ਸੱਤਰ ਸੁਣਾਵਾਂ ਕਿਹੜਾ ਵਰਕ ਮੈਂ ਉਲਟਾ ਤਾਰੀਖ ਦਾ ਇਹ ਉਹ ਗਰੀਬ ਏ ਜਿਸ ਤੇ 19 ਪੁੱਤਰਾਂ ਵਿੱਚੋਂ ਕਿਸੇ ਇੱਕ ਦੀ ਕਬਰ ਵੀ ਮਦੀਨੇ ਨਹੀਂ ਬਣੀ ਸੁਣ ਰਹੇ ਇਜਾਜ਼ਤ ਸਾਰਿਆਂ ਦੀ ਸਾਰੇ ਸ਼ਾਮਿਲ ਹੋ ਬਹਰਹਾਲ ਹੁਕਮ ਦੇ ਤਹਿਤ ਜਿਹੜੀ ਮੈਂ ਗੱਲ ਸ਼ੁਰੂ ਕੀਤੀ ਹੈ ਇਹ ਪਿਓ ਅਤੇ ਪੁੱਤਰਾਂ ਦਾ ਸਾਂਝਾ ਮਜ਼ਮੂਨ ਹੈ ਇਹ ਸਿਆਣੇ ਦਾ ਨਾਵਾਂ ਸ਼ੀਆਂ ਨੂੰ ਪਤਾ ਹੈ ਮੁਤਕਦਮੀਨ ਪੜ੍ਹਦੇ ਹੁੰਦੇ ਆਏ ਕੌਣ ਨਾਮ ਕਾਸਿਮ ਹੈ
ਤੁਹਾਡੇ ਸੱਤਵੇਂ ਇਮਾਮ ਮੂਸਾ ਕਾਜ਼ਮ ਦਾ ਪੁੱਤਰ ਹੈ, ਜਿਹੜਾ ਨਾਵਾਂ ਸਾਲ ਬਗਦਾਦ ਦੇ ਤੰਗ ਜ਼ਿੰਦਾਨ 'ਚ ਤੁਹਾਡੇ ਕੈਦੀ ਇਮਾਮ ਨੂੰ ਔਖੀਆਂ ਕੈਦਾਂ ਨਿਭੇਂਦਿਆਂ ਗੁਜ਼ਰ ਗਿਆ ਹੈ ਨਾ, ਅਤੇ ਈਦ ਉਲ ਫਿਤਰ ਵਾਲਾ ਰੋਜ਼ ਹੈ। ਇਹ ਸ਼ਹਿਜ਼ਾਦਾ ਬਾਜ਼ਾਰ ਮਦੀਨਾ ਵਿੱਚ ਆਇਆ, ਵੇਖਿਆ ਕਿ ਆਏ ਮਦੀਨੇ ਦੇ ਵਸਦੇ ਆਪਣੀ ਔਲਾਦ ਦੇ ਰੱਲੇ ਰੰਗਾ ਰੰਗ ਦੇ ਲਿਬਾਸ ਪਾ ਕੇ ਈਦ ਦੀਆਂ ਖੁਸ਼ੀਆਂ ਵਿੱਚ ਮਸਰੂਫ ਹੈ। ਇਹ ਸੋਚ ਕੇ ਦੀਵਾਰ ਨਾਲ ਮੱਥਾ ਲਾ ਕੇ ਖੜੋ ਗਿਆ ਹੈ ਅਤੇ ਆਪਣੇ ਆਪ ਨੂੰ ਆਦਾ ਕਾਸੇ ਮੱਝ, ਅਗਰ ਤੇਰਾ ਵੀ ਬਾਬਾ ਵਤਨ 'ਤੇ ਹੋਵੇ ਯਾਰ। ਸ਼ਰਮਾ ਕੇ ਨਾ ਰੋਵੇ, ਨਹੀਂ ਦੱਸ ਲਵੇ ਨੌਕਰੀ ਮੈਂ ਸ਼ੁਰੂ ਕਰ ਦਿੱਤੀ। ਅੱਜ ਅਗਰ ਤੇਰਾ ਵੀ ਬਾਬਾ ਵਤਨ 'ਤੇ ਹੋਵੇ ਆ ਨਾ, ਤੂੰ ਵੀ ਬਾਬੇ ਪਾਕ ਦਰਲੇ ਨਬੀ ਦੀ ਮਸਜਿਦ 'ਚ ਨਮਾਜ਼ ਪੜ੍ਹੇ। ਦੀਵਾਰ ਨਾਲ ਹੀ ਮੈਂ ਮੱਥਾ ਲਾ ਕੇ ਰੋਵਣਾ ਸ਼ੁਰੂ ਕੀਤਾ ਸੀ। ਵਤਨ ਤੋਂ ਦੂਰ ਬੇਵਤਨਾਂ ਨੂੰ ਰੋਵਣ ਵਾਲਿਓ, ਰੋਂਦਾ ਪਿਆ ਦੀਵਾਰ ਨਾਲ ਮੱਥਾ ਲਾ ਕੇ, ਜਾਂ ਅਚਾਨਕ ਬਾਜ਼ਾਰ 'ਚ ਇੱਕ ਪਿਓ ਪੁੱਤਰ ਦਾ ਗੁਜ਼ਰ ਹੋਇਆ। ਛੋਟੇ ਬੱਚੇ ਹਰ ਮਜ਼ਹਬ ਦੇ ਬੜੇ ਇਮਾਨਦਾਰ ਹੁੰਦੇ ਨੇ। ਈਦ ਵਾਲਾ ਦਿਨ ਖੂਬਸੂਰਤ ਨੂਰਾਨੀ ਚਿਹਰਾ, ਅੱਖਾਂ ਵਿੱਚ ਹੰਝੂ ਵੇਖ ਕੇ ਨਾ ਛੋਟਾ ਬੱਚਾ ਆਪਣੇ ਪਿਓ ਕੋਲ ਉਂਗਲੀ ਛੁੜਾ ਕੇ ਸ਼ਾਹਜ਼ਾਦੇ ਪਾਕ ਦੇ ਸਾਹਮਣੇ ਆ ਕੇ ਖੜੋ ਗਿਆ ਹੈ ਅਤੇ ਫਿਰ ਪਿਓ ਦੇ ਪਾਸੇ ਦੇਖ ਕੇ ਆਦਾ, ਬਾਬਾ ਉਰੇ ਆ ਨਾ, ਇਹ ਦੇਖ ਜਿਹੜਾ ਈਦ ਵਾਲੇ ਦਿਨ ਰੋ ਰਿਹਾ ਹੈ, ਇਹ ਕੋਈ ਯਤੀਮ ਹੈ? ਇਸ ਦਾ ਪਿਓ ਦਾ ਛੋੜ, ਇਸ ਨੂੰ, ਇਹ ਯਤੀਮ ਨਹੀਂ, ਇਹ ਕੈਦੀ ਦਾ ਪੁੱਤਰ ਹੈ। ਤੁਸੀਂ ਸੌਖਾ ਸੁਣਿਆ ਨਾ, ਹਾਸ਼ਮੀ ਹਾ ਸੈਯਦ ਹਾ ਗੈਰਤਮੰਦ ਹਾ, ਲਫ਼ਜ਼ ਕੈਦੀ ਆਇਆ, ਇੰਜ ਤੜਪਿਆ ਜਿਵੇਂ ਪੱਖੀ ਕੋ ਗਦ ਲੱਗੇ ਤੇ ਪੱਖੀ ਤੜਪਦਾ, ਤੜਪਦਾ ਹੋਇਆ ਰੋਂਦਾ ਹੋਇਆ ਘਰ ਆਇਆ। ਭਲਾ ਮਾਂ ਆਪਣੇ ਪੁੱਤਰ ਨੂੰ ਰੋਂਦਾ ਵੇਖ ਸਕਦੀ ਹੈ? ਫਿਰ ਮਾਂ ਈਦ ਵਾਲੇ ਦਿਨ ਪੁੱਤਰ ਨੂੰ ਰੋਂਦਾ ਕਿਵੇਂ ਵੇਖ ਸਕੇ? ਜਿਹੜੇ ਵੇਲੇ ਰੋਂਦਾ ਹੋਇਆ ਸ਼ਹਿਜ਼ਾਦਾ ਪਾਕ ਘਰ ਆਇਆ ਨਾ, ਮਾਂ ਦੇਖ ਕੇ ਆਦੀ, ਕਿਸ ਰੋਆਇਆ ਜੀ? ਰੋ ਕੇ ਆਦਿਆ, ਮੈਨੂੰ ਦੱਸਿਆ ਹੀ ਨਹੀਂ, ਉਹ ਮੈਂ ਕੈਦੀ ਦਾ ਪੁੱਤਰ ਹਾਂ। ਲਫ਼ਜ਼ ਮਸਾਹਿਬ ਦਾ ਰੋਵਣ ਵਾਸਤੇ, ਮੈਂ ਕੈਦੀ ਦਾ ਪੁੱਤਰ ਹਾਂ। ਬੀਬੀ ਆਦੀ, ਕੈਦੀ ਨਾ ਆਖ, ਤੇਰਾ ਪਿਓ ਇਸਲਾਮ ਦਾ ਮੁਬੱਲਿਗ। ਮਾਂ ਦੇ ਗੱਲ 'ਚ ਬਾਹਾਂ ਪਾ ਕੇ ਆਦਿਆ, ਅੰਮਾ ਫਿਰ ਜਵਾਬ ਦੇ, ਜਿਹੜਾ ਇਸਲਾਮ ਦਾ ਮੁਬੱਲਿਗ ਹੋਵੇ ਵਤਨ ਤੇ ਧੀਆਂ ਨੂੰ ਮਿਲਣ ਨਹੀਂ ਆਏ। ਅੰਮਾ ਮੁੱਦਤ ਗੁਜ਼ਰ ਗਈ ਏ, ਮੇਰੀਆਂ 18 ਭੇਣੀ ਨਾ ਰਾਤ ਨੂੰ ਸਮਝਦੀਆਂ ਨੇ ਨਾ ਡੀ ਕੋ ਆਰਾਮ ਕਰਦੀਆਂ ਨੇ, ਬਸ ਬਗਦਾਦ ਦੇ ਪਾਸੇ ਦੇਖ ਦੇਖ ਕੇ ਆਦੀਆਂ ਰਹਿੰਦੀਆਂ ਨੇ, ਬਾਬਾ ਆਪਣੀ ਕੈਦ ਦੀ ਮੁੱਦਤ ਦਸਾ ਵੰਜੇ। ਬੀਬੀ ਆਦੀ, ਤੇਰਾ ਮਕਸਦ? ਜਿਹੜੇ ਵੇਲੇ ਸ਼ਹਿਜ਼ਾਦੇ ਪਾਕ ਨੂੰ ਪੁੱਛਿਆ ਗਿਆ ਨਾ ਤੇਰਾ ਮਕਸਦ, ਮਾਂ ਦੇ ਪਾਸੇ ਦੇਖ ਕੇ ਆਦਾ, ਅੰਮਾ ਮੇਰਾ ਪਹਿਲਾ ਮਕਸਦ ਹੈ, ਜੇ ਮੈਂ ਹੁਣ ਮਦੀਨੇ ਰਵਾਂ ਮੈਂ ਬਚਦਾ ਹੀ ਕੋਈ ਨਹੀਂ। ਅੰਮਾ ਮੇਰਾ ਦੂਜਾ ਮਕਸਦ ਹੈ, ਜਦੋਂ ਔਲਾਦ ਜਵਾਨੀ ਚੜ ਪਵੇ, ਹੱਕ ਬਣਦਾ ਔਲਾਦ ਦਾ ਮਾਂ ਪਿਓ ਦੇ ਦੁੱਖ ਵੰਡੇ। ਅੰਮਾ